सत श्री अकाल, तुसीं देख रहे हो पंजाबी न्यूज़ ते मैं तुहाडे नाल रुमन बाजवा। खबरां दा आगाज़ करांगे पर एक निज़म वाले ने हुण तक दीआं हैडलाइनस ते। दिल्ली जम्मू कटरा हाईवे प्रोजेक्ट विच 33 पिंडां दीआं एक्वायर होईआं जमीनां विच होई तानली दे विरोध। भारतीय किसान यूनियन उग्राहां वल्लों पंजाब दे 5 जिलिआं विच दित्ता जा रिहा पक्का धरना। आखिर 30 घंटे बाद श्री हरिमंदर साहिब बारे अपमानजनक टिप्पणी करन वाले शिवसेना आगू हरविंदर सोनी ते हुई FIR दर्ज। अदालत ने दविंदर बंबीहा गैंग के खतरनाक शूटर नीरज चस्का नु भेजिया 5 दिन के पुलिस रिमांड ते। शूटर चस्का इंडस्ट्रियल एरिया स्थित क्लब के बाहर गुरलाल के कतल केस विच है लोड़िंदा। जॉनसन एंड जॉनसन बेबी पाउडर की विक्री से पाबंदी, बंबे हाई कोर्ट ने दिए जांच के हुक्म। इंडोनेशिया के बाली में G20 सम्मेलन की हुई समाप्ति। PM मोदी ने दुनिया के चोटी के नेतावान दिता भारतीय संस्कृति से जुड़िया अनमोल तोहफा। आखिरकार श्री हरिमंदर साहिब बारे विवादित बयान देने वाले शिवसेना आगू हरविंदर सोनी ते मामला दर्ज कर लिया गया। दस दईए कि कल सवेर तो सिख जथेबंदियां शिवसेना आगू हरविंदर सोनी ते मामला दर्ज करन अते उसकी गिरफ्तारी की मांग लैके SSP गुरदासपुर के दफ्तर मूहरे धरना दे रही सन। सिख जथेबंदियां ने अपना धरना रात भी जारी रखा। इस दौरान शिवसेना आगू हरविंदर सोनी वालों माफी भी मांग ली गई। शिवसेना के पंजाब प्रधान योगराज शर्मा वालों सोनी नूं शिवसेना विचों बाहर कढ़न का पत्र भी जारी किया गया, पर इसके बावजूद सिख जथेबंदियां सोनी ते मामला दर्ज करने की मांग से अड़िया हुई सन ते अपना धरना जारी रखा। रोस प्रदर्शन तो 30 घंटे तो बाद अज देर शाम पुलिस वालों हरविंदर सोनी ते धार्मिक भावनावां भड़काउण दे दोष हेठ 295A, 504 अते 505 धाराएं तहत मामला दर्ज कर लिया गया। साढ़े कोल कुछ सिख बंदियां ने हरविंदर सोनी के खिलाफ कंप्लेंट की सी। उहदे च इक उहदे ते एलीगेशन लाया सी कि हरिमंदर साहब ते हमला करके उहदे च असी जिहड़ा इन्हां दी भावना नूं ठेस पहुंची आ उहदी असी 295A, 504, 505 IPC दे तहत नॉन अवेलेबल ऑफेंस दा जिहड़ा परचा दर्ज कर दिता आ। असी क्योंकि इहदा ਇਹਦਾ ਸੰਬੰਧ ਜਿਹੜਾ ਸੀ ਇੱਕ ਸਾਈਬਰ ਨਾਲ ਸੀ, ਅਸੀਂ ਇਹਨਾਂ ਨੂੰ ਕੱਲ੍ਹ ਹੀ ਕਹਿ ਦਿੱਤਾ ਸੀ, ਰਿਕੁਐਸਟ ਕਰ ਲਈ ਸੀ, ਬੇਨਤੀ ਕਰ ਲਈ ਵੀ ਪੁਲਿਸ ਇਸ ਵਾਰੀ ਇੱਕ ਕੰਮ ਜ਼ਰੂਰ ਕਰੇਗੀ, ਕਿਸੇ ਪ੍ਰੈਸ਼ਰ ਤੋਂ ਬਿਨਾਂ ਫੇਰ ਹੋ ਕੇ ਮਸਲੇ ਨੂੰ ਬਿਲਕੁਲ ਵੈਰੀਫਾਈ ਕਰਕੇ ਫਿਰ ਬਿਲਕੁਲ ਇੰਡੀਪੈਂਡ ਜਿਹੜਾ ਹੈਗਾ ਇਨਕੁਆਇਰੀ ਕਰਕੇ ਦੀ ਫਿਰ ਅਸੀਂ FIR ਲੌਜ਼ ਕੀਤੀ ਆ। ਦਿੱਲੀ ਜੰਮੂ ਕਟਰਾ ਐਕਸਪ੍ਰੈਸ ਹਾਈਵੇ ਵਿੱਚ 33 ਪਿੰਡਾਂ ਦੀ ਅਕਵਾਇਰ ਕੀਤੀਆਂ ਜ਼ਮੀਨਾਂ ਵਿੱਚ ਹੋਈ ਵੱਡੀ ਤਾਨਲੀ ਦੇ ਖਿਲਾਫ ਅੱਜ ਅੰਮ੍ਰਿਤਸਰ ਦੇ ਹਾਲ ਗੇਟੇ ਭੰਡਾਰੀ ਪੁਲ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਸ ਧਰਨਾ ਦਿੱਤਾ ਗਿਆ, ਉੱਥੇ ਹੀ SDM ਰਜੇਸ਼ ਸ਼ਰਮਾ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਪੰਜਾਬ ਭਰ ਵਿੱਚ ਅੱਜ ਕਿਸਾਨਾਂ ਨੇ ਸਰਕਾਰ ਖਿਲਾਫ ਪੱਕਾ ਮੋਰਚਾ ਲਗਾ ਦਿੱਤਾ। ਉੱਥੇ ਹੀ ਅੰਮ੍ਰਿਤਸਰ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸ਼ਾਮ ਹੁੰਦਿਆਂ ਵੀ ਇਹ ਧਰਨਾ ਖਤਮ ਨਹੀਂ ਹੋਇਆ ਸੀ, ਬਲਕਿ ਕਿਸਾਨਾਂ ਨੇ ਇੱਥੇ ਪੱਕਾ ਮੋਰਚਾ ਲਗਾ ਦਿੱਤਾ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਇੱਥੇ ਖੁਦ ਪਹੁੰਚੇ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਕਈ ਵਾਰ ਆਪਣੇ ਮੁੱਦਿਆਂ ਨੂੰ ਲੈ ਕੇ ਮੁਲਾਕਾਤਾਂ ਕੀਤੀਆਂ ਤੇ ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਕਈ ਵਾਰ ਆਪਣੇ ਮੁੱਦਿਆਂ ਨੂੰ ਲੈ ਕੇ ਮੁਲਾਕਾਤਾਂ ਕੀਤੀਆਂ ਗਈਆਂ ਤੇ ਭਰੋਸਾ ਲੈ ਕੇ ਵਾਪਸ ਚਲੇ ਗਏ, ਪਰ ਅੱਜ ਇਹ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਨੇ। ਜਦ ਤੱਕ ਉਹਨਾਂ ਦੇ ਮੁੱਦੇ ਹੱਲ ਨਹੀਂ ਹੁੰਦੇ, ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ, ਇਹ ਧਰਨੇ ਖਤਮ ਨਹੀਂ ਹੋਣਗੇ। ਦੱਸ ਦਈਏ ਕਿ ਅੰਮ੍ਰਿਤਸਰ ਦੀ ਲਾਈਫ ਲਾਈਨ ਕਹੇ ਜਾਣ ਵਾਲੇ ਭੰਡਾਰੀ ਪੁਲ, ਜੋ ਕਿ ਸ਼ਹਿਰ ਅਤੇ ਸਿਵਲ ਲਾਈਨ ਨੂੰ ਆਪਸ ਵਿੱਚ ਜੋੜਦਾ ਹੈ, ਉੱਥੇ ਦਿੱਲੀ ਜਲੰਧਰ ਤੇ ਅੰਮ੍ਰਿਤਸਰ ਆਉਣ ਵਾਲੇ ਹਾਈਵੇ ਵੀ ਇਸ ਪੁਲ ਤੇ ਆ ਕੇ ਖਤਮ ਹੁੰਦਾ ਹੈ। ਉੱਥੇ ਹੀ ਰਸਤੇ ਨੂੰ ਵੀ ਬੰਦ ਕਰ ਦਿੱਤਾ ਗਿਆ। ਇਸ ਸਮੇਂ ਜੋ ਵੀ ਲੋਕ ਅੰਮ੍ਰਿਤਸਰ ਸ਼ਹਿਰ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਕੋਈ ਵੀ ਦੂਜਾ ਵਿਕਲਪ ਨਹੀਂ ਹੈ। ਇਸ ਦੇ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਟਰਾ ਐਕਸਪ੍ਰੈਸ ਹਾਈਵੇ ਦੇ ਘੁਟਾਲੇ ਦੇ ਮਾਮਲੇ ਵਿੱਚ ਉਹਨਾਂ ਵੱਲੋਂ ਇਹ ਧਰਨਾ ਅਣਮਿੱਥੇ ਸਮੇਂ ਲਈ ਲਗਾ ਦਿੱਤਾ ਗਿਆ। ਉੱਥੇ ਉਹਨਾਂ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਇਸ ਧਰਨੇ ਨੂੰ ਖਤਮ ਨਹੀਂ ਕੀਤਾ ਜਾਏਗਾ।
ਜਿਹੜਾ ਤੁਸੀਂ ਮੰਗਾਂ ਵਾਸਤੇ ਜੇ ਤਾਂ ਨਾਲਾਂ ਭਰਾਈਆਂ ਤੁਹਾਡੀਆਂ ਜਿਹੜੀਆਂ ਮੁੱਖ ਮੰਗਾਂ ਚਲੋ ਸਰ ਮੁੱਖ ਮੰਗਾਂ ਕੀ ਨੇ ਸਭ ਤੋਂ ਪਹਿਲੀ ਗੱਲ ਜਿਹੜੀਆਂ ਹੁਣ ਮੰਗਾਂ ਤੇ ਨੋਟ ਕਰ ਲਿਓ ਸਾਨੂੰ ਇਮੀਡੀਏਟਲੀ ਕਿਉਂ ਬੈਠਣਾ ਪੈ ਰਿਹਾ ਇਹ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਮੀਟਿੰਗਾਂ ਦੇ ਵਿੱਚ ਮੰਨ ਲਿਆ 18 ਮਈ ਦੀ ਮੀਟਿੰਗ 'ਚ ਇਹ ਕਿਹਾ ਕਿ ਜਿਹੜਾ ਜੁਮਲਾ ਮੁਸ਼ਤਰਕਾ ਮਾਲਕਨ ਕਿਸਾਨ ਹੈ ਜਿਹਨੂੰ ਦੇ ਉੱਤੇ ਖੇਤੀ ਕਰਦੇ ਉਹਨਾਂ ਜ਼ਮੀਨਾਂ 'ਤੇ ਉਹ ਕਿਸਾਨਾਂ ਨੂੰ ਹੀ ਹੱਕ ਮਾਲਕੀ ਦੇਵਾਂਗੇ ਉਹ ਕਿਸੇ ਤਰ੍ਹਾਂ ਦੀ ਕਿਸਾਨਾਂ ਤੋਂ ਜ਼ਮੀਨ ਨਹੀਂ ਖੋਈ ਜਾਏਗੀ ਉਹ ਇਹੋ ਜਿਹੇ ਪਰਿਵਾਰ ਨੇ ਜਿਹੜੀ 400 ਏਕੜ ਜ਼ਮੀਨ ਛਲਹੇੜੀ ਪਿੰਡ ਦੇ ਵਿੱਚ ਹੈ ਜਿਹਦੇ 'ਤੇ ਲਗਭਗ 250 ਪਰਿਵਾਰ ਰੋਟੀ ਖਾ ਰਿਹਾ ਉਹਦੇ 'ਚੋਂ ਤਾਂ ਉਹਨਾਂ ਪਰਿਵਾਰਾਂ ਤੋਂ ਜ਼ਮੀਨਾਂ ਖੋ ਕੇ ਸਰਕਾਰ ਕੰਪਨੀਆਂ ਨੂੰ ਦੇਣ ਦੀ ਇਹ ਮੂਡ ਦੇ ਵਿੱਚ ਹੈ ਅਸੀਂ ਚਾਹੁੰਦੇ ਕਿ ਉਹ ਕਿਸਾਨਾਂ ਕੋਲ ਰਹਿਣੀਆਂ ਚਾਹੀਦੀਆਂ ਅੱਜ ਕਿਉਂ ਬੈਠੇ ਅਸੀਂ ਸਰਕਾਰ ਨੇ ਆਰਡਰ ਜਾਰੀ ਕਰਤੇ ਸਾਡੇ ਨਾਲ ਤਾਂ ਮੀਟਿੰਗ ਕਰ ਲਈ ਕਿ ਕਹਿਤਾ ਕਿ ਅਸੀਂ ਨਹੀਂ ਦੇਵਾਂਗੇ ਲੇਕਿਨ ਇੱਧਰਲੇ ਪਾਸੇ ਡੀਸੀਆਂ ਨੂੰ ਆਰਡਰ ਜਾਰੀ ਕਰਤੇ ਕਿ ਤੁਸੀਂ ਮਤਲਬ ਜ਼ਮੀਨਾਂ ਨੂੰ ਪੰਚਾਇਤਾਂ ਦੇ ਨਾਂ ਕਨਵਰਟ ਕਰੋ ਉਹਨਾਂ ਦੇ ਨਾਂ ਤਬਦੀਲ ਕਰ ਦਿਓ ਤਾਂ ਇਹਦਾ ਮਤਲਬ ਮੌਕੇ ਦੇ ਹਾਲਾਤ ਨੇ ਨਜ਼ਾਕਤ ਨੇ ਜਿਹਦੇ ਕਰਕੇ ਹੁਣ ਦੂਜੀ ਗੱਲ ਅਸੀਂ ਫਸਲਾਂ ਦੀ ਕੰਪਨਸੇਸ਼ਨ ਵਾਸਤੇ ਬੈਠੇ ਹਾਂ ਅੱਜ ਲੋਕਾਂ ਨੇ ਕਣਕ ਬੀਜ ਰਹੇ ਨੇ ਜੇਕਰ ਇਹਨੂੰ ਹੋਰ 10 ਦਿਨ 20 ਦਿਨ ਮਹੀਨਾ ਅਸੀਂ ਡਿਲੇ ਕਰ ਲਾਂਗੇ ਤਾਂ ਉਹਨਾਂ ਖੇਤਾਂ ਦੇ ਵਿੱਚੋਂ ਦੂਸਰੀ ਪਹਿਲੀ ਫਸਲ ਦੀ ਤਾਂ ਰਹਿੰਦ ਖੂੰਹਦ ਵੀ ਨਹੀਂ ਆਉਣੀ ਕਿਉਂਕਿ ਅਗਲੇ ਸਰਕਾਰ ਇਹ ਕਹੇਗੀ ਦੂਸਰੀ ਫਸਲ ਹੈਗੀ ਹੈ ਫਸਲ ਬੀਜੀ ਕੱਢੇ ਨੇ ਇੱਥੇ ਪਤਾ ਨਹੀਂ ਮਰੀ ਹੈ ਕਿ ਲੋਕਾਂ ਨੇ ਵੱਢੀ ਹੈ ਕੀ ਨਹੀਂ ਤਾਂ ਇਹ ਗੱਲਾਂ ਨੇ ਅੰਮ੍ਰਿਤਸਰ ਦੇ ਭਾਜਪਾ ਆਗੂ ਡਾਕਟਰ ਰਾਜਕੁਮਾਰ ਵੇਰਕਾ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਪੰਜਾਬ ਵਿੱਚ ਛੋਟੀਆਂ ਮੋਟੀਆਂ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਕਿਹਾ ਕਿ ਮੂਸੇਵਾਲਾ ਦੀ ਹੱਤਿਆ ਕਬੱਡੀ ਖਿਡਾਰੀਆਂ ਦੀ ਮੌਤ ਛੋਟੀ ਮੋਟੀ ਸੀ ਇਹਨਾਂ ਘਟਨਾਵਾਂ ਨੂੰ ਲੈ ਕੇ ਡਾਕਟਰ ਵੇਰਕਾ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਤੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵੱਲ ਧਿਆਨ ਦੇਣ ਲਈ ਵੀ ਅਪੀਲ ਕੀਤੀ ਹੈ। ਵੇਰਕਾ ਸਾਹਿਬ, ਸੀਐਮ ਪੰਜਾਬ ਦਾ ਕਹਿਣਾ ਹੈ ਕਿ ਪੰਜਾਬ ਦੇ ਹਾਲਾਤ ਯੂਪੀ ਨਾਲੋਂ ਕਈ ਬਿਹਤਰ ਨੇ, ਕੀ ਕਹਿਣਾ ਚਾਹੁੰਦੇ? ਬਈ ਫਿਰ ਮੈਂ ਪੁੱਛਣਾ ਚਾਹਨਾ ਭਗਵੰਤ ਮਾਨ ਹੋਰਾਂ ਨੂੰ ਕਿ ਯੂਪੀ ਤੇ ਬਿਹਾਰ ਤੋਂ ਮਾੜੇ ਹਾਲਾਤ ਕਰਨਾ ਚਾਹੁੰਦੇ ਹੋ ਪੰਜਾਬ ਦੇ? ਅੱਜ ਪੰਜਾਬ ਨੂੰ ਤੁਸੀਂ ਲੈ ਕਿੱਥੇ ਗਏ ਹੋ? ਔਰ ਤੁਸੀਂ ਹੁਣ ਇਹ ਗੱਲ ਕਹਿ ਰਹੇ ਹੋ ਕਿ ਪੰਜਾਬ 'ਚ ਛੋਟੀਆਂ ਛੋਟੀਆਂ ਘਟਨਾਵਾਂ ਹੁੰਦੀਆਂ। ਬਈ ਮੂਸੇਵਾਲੇ 'ਚ ਬਹੁਤ ਛੋਟੀ ਘਟਨਾਵਾਂ ਹੈਗੀ ਹੈ ਤੇ ਜਿਹੜੀ ਕਬੱਡੀ ਖਿਡਾਰੀ ਇਹਨੇ ਮਾਰੇ ਗਏ ਉਹ ਛੋਟੀਆਂ ਘਟਨਾਵਾਂ ਹੈਗੀਆਂ। ਪੰਜਾਬ 'ਚ ਰੋਜ਼ ਕਤਲੋ ਗਾਰਦ ਹੋ ਰਹੇ ਛੋਟੀਆਂ ਘਟਨਾਵਾਂ ਹੈਗੀਆਂ ਤੇ ਭਗਵੰਤ ਮਾਨ ਜੀ ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਹੋਰ ਸੁਭਾਅ 'ਚ ਗੱਲ ਨਹੀਂ ਕਰ ਰਹੇ। ਤੁਹਾਨੂੰ ਸੋਚਣਾ ਚਾਹੀਦਾ ਕਿ ਅੱਜ ਪੰਜਾਬ ਦੀਆਂ ਦੀਵਾਰਾਂ 'ਤੇ ਲਿਖਿਆ ਕਦੀ ਇਹਨਾਂ ਦੇ ਮੰਤਰੀ ਹੁਣ ਬੋਲ ਰਹੇ ਹੈ ਕਿ ਅਮਿਤ ਸ਼ਾਹ ਜੀ ਪੰਜਾਬ ਨੂੰ ਬਦਨਾਮ ਕਰ ਰਹੇ ਹੈ। ਬਈ ਅਮਿਤ ਸ਼ਾਹ ਜੀ ਥੋੜ੍ਹੀ ਕੁਛ ਕਹਿ ਰਹੇ ਹੈ, ਪੰਜਾਬ ਦੀ ਦੀਵਾਰਾਂ 'ਤੇ ਲਿਖਿਆ ਹੈ। ਪੰਜਾਬ ਦੇ ਮਜ਼ਦੂਰ ਨਾਲ ਗੱਲ ਕਰਕੇ ਦੇਖੋ। ਹਰਿਆਣਾ ਪ੍ਰਦੇਸ਼ ਵੈਸ਼ ਮਹਾਸੰਮੇਲਨ ਦੇ ਪ੍ਰਧਾਨ ਰਾਜੀਵ ਜੈਨ ਨੇ ਅੱਜ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਲੇ ਮਹਾਨ ਸ਼ਹੀਦ ਦੀਵਾਨ ਟੋਡਰ ਮੱਲ ਦੀ ਹਵੇਲੀ ਦੇ ਦਰਸ਼ਨ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੀਵ ਜੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਫੈਸਲਾ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਤਾਂ ਜੋ ਬੱਚੇ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲ ਸਕਣ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਗੁਰੂ ਜੀ ਦੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ। ਉਹਨਾਂ ਕਿਹਾ ਕਿ ਦੋਹਾਂ ਸਾਹਿਬਜ਼ਾਦਿਆਂ ਨੇ ਆਪਣਾ ਧਰਮ ਨਾ ਬਦਲਣ ਅਤੇ ਕੌਮ ਦੀ ਰਾਖੀ ਲਈ ਮੁਗਲਾਂ ਸਾਹਮਣੇ ਕੁਰਬਾਨੀਆਂ ਦਿੱਤੀਆਂ ਸਨ ਜਿਸ ਦਾ ਪੂਰੀ ਦੁਨੀਆਂ ਵਿੱਚ ਕੋਈ ਇਤਿਹਾਸ ਨਹੀਂ ਮਿਲਦਾ ਤੇ ਕਿਸੇ ਨੇ ਇੰਨੀ ਛੋਟੀ ਉਮਰ ਵਿੱਚ ਕੁਰਬਾਨੀ ਦਿੱਤੀ। 10ਵੇਂ ਗੁਰੂ ਗੋਬਿੰਦ ਸਿੰਘ ਜੀ ਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਔਰ ਫਤਿਹ ਸਿੰਘ ਕੇ ਸੰਸਕਾਰ ਕੇ ਲਈ ਦੁਨੀਆਂ ਕੀ ਸਭਸੇ ਮਹਿੰਗੀ ਜ਼ਮੀਨ ਖਰੀਦਣੇ ਵਾਲੇ ਦੀਵਾਨ ਟੋਡਰ ਮੱਲ ਜੀ ਕੀ ਜਹਾਜ਼ ਹਵੇਲੀ ਕਾ ਆਜ ਜੋ ਹੈ ਦੌਰਾ ਕੀਆ ਹੈ ਔਰ ਉਹਨੇ ਜੋ ਤਿਆਗ ਔਰ ਧਰਮ ਕੇ ਪ੍ਰਤੀ ਸਹਿਸ਼ਣਤਾ ਕੀ ਇੱਕ ਮਿਸਾਲ ਪੇਸ਼ ਕੀ ਉਸਕੇ ਲਈ ਜੋ ਹੈ ਆਜ ਇਹ ਹਵੇਲੀ ਕਾ ਨਿਰੀਕਸ਼ਣ ਕੀਆ ਹੈ ਤਾਂ ਕਿ ਔਰ ਆਰਕੋਲੋਜੀਕਲ ਡਿਪਾਰਟਮੈਂਟ ਔਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੈ ਇਸ ਹਵੇਲੀ ਕਾ ਸੰਰਕਸ਼ਣ ਕਰ ਰਹੀ ਹੈ ਉਸਕੇ ਲਈ ਮੈਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾ ਬਹੁਤ ਬਹੁਤ ਧੰਨਵਾਦ ਕਰਤਾ ਹੂੰ ਔਰ ਇਸ ਹਵੇਲੀ ਪਰ ਇਸਕੇ ਜੋ ਹੈ ਯਹਾਂ ਪਰ ਜ਼ਿਆਦਾ ਸੇ ਜ਼ਿਆਦਾ ਜੋ ਹੈ ਲੋਕ ਦੇਖਣੇ ਕੇ ਲਈ ਆ ਸਕੇ ਉਸਕੇ ਲਈ ਜੋ ਹੈ ਕਿਆ ਹੋ ਸਕਤਾ ਹੈ ਉਸਕੇ ਲਈ ਯੋਜਨਾ ਬਣਾ ਕਰ ਜੋ ਹੈ ਹਮ ਜੋ ਹੈ ਸਰਕਾਰ ਕੇ ਸਾਹਮਣੇ ਅੱਜ ਰਾਸ਼ਟਰੀ ਪ੍ਰੈਸ ਦਿਵਸ ਦੇ ਚੱਲਦਿਆਂ ਪਟਿਆਲਾ ਮੀਡੀਆ ਕਲੱਬ ਨੇ ਬਲੱਡ ਦਾਨ ਕੈਂਪ ਕਰਾਇਆ। ਇਸ ਮੌਕੇ ਤੇ ਪਟਿਆਲਾ ਦੇ SSP ਵਰੁਣ ਸ਼ਰਮਾ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਨੀ ਪਹੁੰਚੇ। ਇਸ ਦੇ ਨਾਲ ਹੀ ਮੁੱਖ ਮਹਿਮਾਨ ਦੇ ਵਜੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਰਾਸ਼ਟਰੀ ਪ੍ਰੈਸ ਦਿਵਸ ਤੇ ਪੱਤਰਕਾਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਜਦੋਂ ਮੀਡੀਆ ਕਲੱਬ ਨੇ ਸੈਲੀਬ੍ਰੇਸ਼ਨ ਕੀਤਾ ਬਹੁਤ ਵਧੀਆ ਗੱਲ ਹੈ। ਕਿਸਾਨਾਂ ਦੇ ਪੰਜਾਬ ਵਿੱਚ ਚੱਲ ਰਹੇ ਪ੍ਰਦਰਸ਼ਨ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ
कि जेड़े पंजाब सरकार नाल संबंधित मसले ने उन्हां दे उपर विचार चर्चा हो रही है। जल्दी ही किसानों के मसले हल होंगे। पंजाब के मुख्यमंत्री भगवंत मान किसानों के हक के विच इतिहासिक फैसले लै रहे हैं। इस मौके वित्त मंत्री ने GST कलैक्शन और ट्रांसपोर्ट पॉलिसी बारे भी खुल के चर्चा की। अज कौमी प्रेस डे आ और मीडिया क्लब पटियाला ने सैलीब्रेट किया। मेरे वालों सारे बहुत बहुत मुबारकबाद, बहुत अच्छा गा, क्योंकि लगातार मीडिया माड़े हालातों के भी देश के हालात, पंजाब के हालात लगातार लोगों के सामने उजागर करता गा। सो बहुत अच्छा काम मीडिया कर रहा है। सो सारे मेरे वालों बहुत बहुत मुबारकबाद और इस तरह मैं कामना करता गा कि इस तरह तुम लगातार समाज दिया जिहड़ियां भी किते ऊणताइयां होंदियां ने, चाहे वह सरकार च होण चाहे किसी समाज के किसी वर्ग के हो, लगातार जिहड़ियां सामने आनी चाहिए ताकि उन्होंने सारिया का हल हो सके। साहब इन्होंने मंग पत्र दिता तो एक मंगा रखे गए पत्रकारों दिया विशेष मंगा ने, तुम लगता जरूर भी ने चाहिए मंगा कद तक पूरी होने। बहुत सारिया मंगा का जिक्र प्रेस क्लब के प्रधान जी ने सैकटरी साहब ने किया गा। उन्होंने सारिया मंगा तो बड़े अच्छे तरीके हमदर्दी का विचार करा, जी साढ़े लैवल दिया ने उन्होंने हल करा। कुछ जंगा ने नैशनल लैवल दिया ने केंद्र सरकार। श्रोमणी अकाली दल के सीनियर आगू और श्री आनंदपुर साहिब तो सबका मैंबर पार्लीमेंट प्रोफेसर प्रेम सिंह चंदूमाजरा ने पत्रकारों गलबात करते हुए पंजाब अमन कानून की स्थिति को लेकर चिंता जाहिर की है। चंदूमाजरा ने कहा कि वह संघी ढांचे के हमेशा हितेशी ने, पर जिस तरह के हालात ने, जिस तरह केंद्रीय गृह मंत्री अमित शाह ने पंजाब के हालात से चिंता जाहिर की है, उस तो लगता है कि पंजाब गवर्नी राज के राह से तुर पिया। मैं समझता जिस तरह के हालात बढ़ते जा रहे ने ते और केंद्रीय गृह मंत्री जी बयान दे रहे ने तो किसी समय भी पंजाब दे विच गवर्नी राज लागू हो सकता। संघी ढांचे नूं नहीं कोई खतरा होगा क्योंकि तुसीं संघी ढांचे नूं तां बहुत वड्डा खतरा। सानूं अफसोस है इस गल दा कि पंजाब सरकार की नलायकी, पंजाब सरकार की कमजोरी, पंजाब सरकार दीआं उणताईआं, पंजाब सरकार का बचपना, पंजाब सरकार की अणजाणता का फायदा अज केंद्र उठा रहा और संघी ढांचे को बड़ा वड्डा खतरा होया खड़ा। गवर्नर साहब ने जिवें दखलदाजी की आ वाइस चांसलर की नियुक्ति के मामले के जिस तरीके दे नाल इत्थे मतलब सीधे तौर पर एक किस्म की लोगों की चुनी हुई सरकार चैलेंज आ। पर अफसोस इस गल का भी जे जिन्होंने रियासता संभाली उन्होंने कमजोरिया उन्होंने उताइया उन्होंने कमियों का फायदा अज केंद्र उठा रहा। और असी तो पहला भी एक बार नहीं नेक बारी कहा पंजाब सरकार पंजाब के मुख्यमंत्री साहब न भी डैमां की साड़ी सथाई मैंबरशिप खोली, तुसी बोले नहीं के चंडीगढ़ के यूटी बनाता चंडीगढ़ न उतों के सारे मुलाजम जोड़ा उतने यूटी केडर लागू करता, तुसी बोले नहीं। चंडीगढ़ की जमीन हरियाणे नूं देण दी चिट्ठी लिखती गृहमंत्री जी ने, तुसी बोले नहीं। तो मुख्यमंत्री साहब का ना बोलना केंद्र सरकार नूं सूबे दे अधिकार खेत्र विच दाखल देने लिए उत्साहित करदा। शिवसेना बाल ठाकरे दे राष्ट्रीय संगठन अशोक तिवाड़ी अज नंगल पहुंचे जिथे उन्होंने पत्रकारों नाल गलबात दौरान कहा कि शिवसेना बाल ठाकरे जिन्हां हिंदुओं का सत्कार करती है उन्हां ही सिखां का भी सत्कार करती है। शिवसेना बाल ठाकरे विच कोई भी सिखां प्रति विवादित बयान देवेगा उसका शिवसेना बाल ठाकरे विच कोई भी स्थान नहीं है, उसनू बाहर का रस्ता दिखाया जाएगा, जिस तरह लुधियाना के हरविंदर सोनी नू दिखाया गया। ये ऐसा है कि हमारे जो बाला साहब ठाकरे जी का जो सिद्धांत था वो जो यहाँ के पंजाब के शिव सैनिक करते हैं उससे एकदम अलग स्टैंड था। और उद्धव जी भी सर्वधर्म चाहे जो भी धर्म हो, हिंदू हो, मुस्लिम हो, सिख हो, ईसाई हो, सारे धर्मों का वो समान आदर करते हैं और सबको साथ में लेके चलने का काम करते हैं। और जो यहाँ पे शिव सैनिक बने हैं या जो नकली शिवसेना के लोग खड़ी किए हैं, जो हमारे और शिवसेनाएँ आई हैं, वो जो सिखों के और हिंदुओं के बीच में एक वैमनस्य पैदा कर रहे हैं या मुसलमान दूसरे जातियों में कर रहे हैं, उससे हमारे शिवसेना का कोई लेना देना नहीं है। सिख धर्म के बारे में, किसी मंदिर के बारे में जो गलत टिप्पणी करेगा और हमारे शिवसेना के नाम से करेगा तो हमारे राज्य प्रमुख का पहला कर्तव्य है कि उसको जो है अगर वो बोलता है कि मैं इसमें हूँ तो उसको निकाल बाहर करे, हमारे केंद्रीय नेतृत्व का आदेश भी रहता है। चंडीगढ़ पुलिस ने सेक्टर 37 के मकान हड़पण के मुलजम बाउंसर के कतल के मामले में गैंगस्टर दविंदर बंबीहा गैंग के शूटर नीरज चस्का को पटियाला जेल तो प्रोडक्शन वारंट से लिया। मलोआ थाना पुलिस ने बाउंसर के कतल मामले में शूटर नीरज चस्का तो पुछगिछ करने अदालत तो 5 दिन का पुलिस रिमांड मंगया।
ਬਾਂਸਰ ਸੁਰਜੀਤ ਨੂੰ ਮਾਰਚ 2020 ਵਿੱਚ ਸੈਕਟਰ 38 ਵੈਸਟ ਵਿੱਚ ਮੋਟਰਸਾਈਕਲ ਤੇ ਆਏ ਦੋ ਸ਼ਾਰਪ ਸ਼ੂਟਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਅਦਾਲਤ ਨੇ ਚਸਕਾ ਨੂੰ 5 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਸ਼ੂਟਰ ਚਸਕਾ ਇੰਡਸਟਰੀਅਲ ਏਰੀਆ ਸਥਿਤ ਕਲੱਬ ਦੇ ਬਾਹਰ ਗੁਰਲਾਲ ਦੇ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ। ਮਲੋਆ ਥਾਣੇ ਤੋਂ ਬਾਅਦ ਇੰਡਸਟਰੀਅਲ ਏਰੀਆ ਥਾਣਾ ਪੁਲਿਸ ਚਸਕਾ ਤੋਂ ਪੁੱਛਗਿੱਛ ਕਰੇਗੀ। ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਦੀ ਸੈਂਪਲ ਦੀ ਤਾਜ਼ਾ ਜਾਂਚ ਕਰਨ ਦਾ ਹੁਕਮ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਕੰਪਨੀ ਨੂੰ ਉਤਪਾਦ ਯਾਨੀ ਬੇਬੀ ਪਾਊਡਰ ਬਣਾਉਣ ਦੀ ਇਜਾਜ਼ਤ ਦਿੱਤੀ ਪਰ ਇਸ ਨੂੰ ਵੇਚਿਆ ਨਹੀਂ ਜਾ ਸਕਦਾ। ਕੰਪਨੀ ਨੇ ਰਾਜ ਸਰਕਾਰ ਦੇ ਦੋ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਇਹਨਾਂ ਵਿੱਚੋਂ 15 ਸਤੰਬਰ ਦੇ ਹੁਕਮਾਂ ਵਿੱਚ ਲਾਇਸੈਂਸ ਰੱਦ ਕਰਨ ਅਤੇ 20 ਸਤੰਬਰ ਦੇ ਹੁਕਮ ਵਿੱਚ ਕੰਪਨੀ ਨੂੰ ਬੇਬੀ ਪਾਊਡਰ ਦਾ ਉਤਪਾਦਨ ਅਤੇ ਵਿਕਰੀ ਤੁਰੰਤ ਬੰਦ ਕਰਨ ਲਈ ਕਿਹਾ ਗਿਆ। ਇਹ ਹੁਕਮ ਸਟੇਟ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਸੰਯੁਕਤ ਕਮਿਸ਼ਨਰ ਅਤੇ ਲਾਇਸੈਂਸੀ ਅਥਾਰਟੀ ਵੱਲੋਂ ਜਾਰੀ ਕੀਤੇ ਗਏ ਨੇ। ਇੰਡੋਨੇਸ਼ੀਆ ਦੇ ਬਾਲੀ ਵਿੱਚ G20 ਸੰਮੇਲਨ ਦੀ ਸਮਾਪਤੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੰਬਰ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਜੋ ਸੰਦੇਸ਼ ਦਿੱਤਾ ਸੀ ਉਸਦੀ ਗੂੰਜ ਬੁੱਧਵਾਰ ਨੂੰ G20 ਸੰਮੇਲਨ ਦੇ ਮੈਨੀਫੈਸਟੋ ਵਿੱਚ ਸੁਣਾਈ ਦਿੱਤੀ। ਚੋਣ ਮਨੋਰਥ ਪੱਤਰ ਵਿੱਚ ਆਗੂਆਂ ਨੇ ਯੂਕਰੇਨ ਜੰਗ ਨੂੰ ਤੁਰੰਤ ਖਤਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਦਾ ਦੌਰ ਜੰਗ ਦਾ ਯੁੱਗ ਨਹੀਂ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੋਨੇਸ਼ੀਆ ਦੇ ਬਾਲੀ ਵਿੱਚ ਆਯੋਜਿਤ G20 ਸੰਮੇਲਨ ਵਿੱਚ ਦੁਨੀਆ ਦੇ ਚੋਟੀ ਦੇ ਨੇਤਾਵਾਂ ਨੂੰ ਭਾਰਤੀ ਕਲਾ ਅਤੇ ਸੱਭਿਆਚਾਰ ਨਾਲ ਜੁੜਿਆ ਅਨਮੋਲ ਤੋਹਫਾ ਵੀ ਭੇਟ ਕੀਤਾ ਹੈ। ਕਾਂਗੜਾ ਦੀਆਂ ਲਘੂ ਪੇਂਟਿੰਗਾਂ ਆਮ ਤੌਰ 'ਤੇ ਸ਼੍ਰੀਨਗਰ ਰਸ ਜਾਂ ਪਿਆਰ ਨੂੰ ਕੁਦਰਤੀ ਪਿਛੋਕੜ 'ਤੇ ਵਿਸਾਉਂਦੀਆਂ ਨੇ। ਇਹਨਾਂ ਪਹਾੜੀ ਚਿੱਤਰਾਂ ਦਾ ਪ੍ਰੇਰਣਾ ਅਤੇ ਮੁੱਖ ਵਿਸ਼ਾ ਰੂਪਕ ਦੇ ਰੂਪ ਵਿੱਚ ਪਿਆਰ ਦੀ ਭਾਵਨਾ ਬ੍ਰਹਮਪਤੀ ਸ਼ਰਧਾ ਨੂੰ ਦਰਸਾਉਂਦਾ ਹੈ। ਮਾਤਾ ਨੀ ਪਛੇੜੀ ਗੁਜਰਾਤ ਤੋਂ ਹੱਥ ਨਾਲ ਬਣਿਆ ਕੱਪੜਾ ਹੈ ਜੋ ਕਿ ਮੰਦਰਾਂ ਵਿੱਚ ਚੜਾਉਣ ਲਈ ਬਣਾਇਆ ਜਾਂਦਾ ਹੈ ਜਿੱਥੇ ਦੇਵੀ ਮਾਤਾ ਰਹਿੰਦੀ ਹੈ। ਇਹ ਨਾਮ ਗੁਜਰਾਤੀ ਸ਼ਬਦ ਮਾਤਾ ਤੋਂ ਲਿਆ ਗਿਆ ਜਿਸ ਦਾ ਅਰਥ ਹੈ ਮਾਤਾ ਦੇਵੀ। ਆਸਟ੍ਰੇਲੀਆ ਨੂੰ ਛੋਟਾ ਉਦੈਪੁਰ ਦਾ ਪਿਥੋਰਾ ਪੇਂਟ ਕੀਤਾ ਗਿਆ। ਪਿਥੋਰਾ ਗੁਜਰਾਤ ਵਿੱਚ ਛੋਟੇ ਉਦੈਪੁਰ ਦੇ ਰਾਠਵਾ ਕਾਰੀਗਰਾਂ ਦੁਆਰਾ ਇੱਕ ਰੀਤੀ ਰਿਵਾਜ ਕਬਾਇਲੀ ਲੋਕ ਕਲਾ ਹੈ। ਇਹ ਗੁਜਰਾਤ ਦੇ ਬੇਅੰਤ ਅਮੀਰ ਲੋਕ ਅਤੇ ਕਬਾਇਲੀ ਕਲਾ ਸੱਭਿਆਚਾਰ ਦੀ ਮਿਸਾਲ ਦੇਣ ਵਾਲੇ ਸਦਾ ਬਦਲ ਰਹੇ ਨੈਤਿਕਤਾ ਦਾ ਜਿਉਂਦਾ ਜਾਗਦਾ ਪ੍ਰਮਾਣ ਹੈ। ਕਿਨੌਰੀ ਸ਼ੋਲ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੀ ਵਿਸ਼ੇਸ਼ਤਾ ਹੈ। ਇਸ ਦੀਆਂ ਜੜ੍ਹਾਂ ਇਸ ਖੇਤਰ ਵਿੱਚ ਉੱਨ ਮਿਲਿੰਗ ਅਤੇ ਕੱਪੜਾ ਨਿਰਮਾਣ ਦੀ ਪ੍ਰਾਚੀਨ ਪਰੰਪਰਾ ਵਿੱਚ ਨੇ। ਇਸ ਦੇ ਡਿਜ਼ਾਈਨ ਵਿੱਚ ਮੱਧ ਏਸ਼ੀਆ ਅਤੇ ਤਿੱਬਤ ਦਾ ਪ੍ਰਭਾਵ ਸਾਫ਼ ਨਜ਼ਰ ਆਉਂਦਾ ਹੈ। ਸ਼ਾਲ ਨੂੰ ਬੁਣਾਈ ਦੀ ਵਾਧੂ ਵਫਟ ਤਕਨੀਕ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ। ਤੇ ਜਾਂਦੇ ਜਾਂਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਮਿਜਾਜ਼। ਸੋ ਖਬਰਾਂ ਦੇ ਇਸ ਬੁਲੇਟਿਨ 'ਚ ਇੰਨਾ ਹੀ। ਦੇਸ਼ ਉਹਨਾਂ ਦੀ ਬਾਕੀ ਖਬਰਾਂ ਦੀ ਜਾਣਕਾਰੀ ਲਈ ਤੁਸੀਂ ਬਣੇ ਰਹੋ ਸਾਡੇ ਨਾਲ ਚੰਡੀਗੜ੍ਹ ਟਾਈਮ ਟੀਵੀ 'ਤੇ। ਧੰਨਵਾਦ।